ਕਿਉਂਕਿ ਏ ਪੀ ਢਿੱਲੋਂ ਵਰਗੇ ਸਿੰਗਰ ਦੀ ਆਪਾਂ ਗੱਲ ਕਰੀਏ ਕਿਉਂਕਿ ਆਟੋ ਟਿਊਨਰ ਸਟੇਜ ਦੇ ਉੱਤੇ ਵੀ ਇਸਤੇਮਾਲ ਹੁੰਦਾ ਇਹ ਮੈਨੂੰ ਉਹਦੇ ਸ਼ੋਆਂ ਤੋਂ ਪਤਾ ਲੱਗਿਆ ਸੀ ਸੱਚੀ ਔਨ ਕੈਮਰਾ ਸਿੱਧਾ ਕਿਸੇ ਬਾਰੇ ਕਹਿਣਾ ਨਹੀਂ ਬਟ ਸੱਚ ਗੱਲ ਹੈ ਦੇਖੋ ਸੱਚ ਗੱਲ ਹੈ ਤੇ ਝੂਠ ਵੀ ਕੁਝ ਨਹੀਂ ਹੈਗਾ ਸਟੂਡੀਓਜ਼ ਤਾਂ ਸਮਝ ਵੀ ਆਉਂਦਾ ਪਰ ਸਟੇਜ ਤੇ ਵੀ ਮਤਲਬ ਇੰਨੀ ਘਬਰਾਹਟ ਹੈ ਤੁਹਾਨੂੰ ਨਾਲ ਦੇ ਨਾਲ ਹੀ ਹੋਈ ਜਾਂਦਾ ਆਟੋ ਟਿਊਨ ਹਾਂਜੀ 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 ਤੇ ਜਿਹਨੂੰ ਮੇਰੇ ਪੈਸੇ ਦੇਣੇ ਵੀ ਔਖੇ ਲੱਗਦੇ ਹੋਣਗੇ ਉਹ ਬੰਦਾ ਏ ਪੀ ਢਿੱਲੋਂ ਨੂੰ ਪੈਸੇ ਦੇ ਦੂਗਾ ਕਿਉਂਕਿ ਸ਼ਾਇਦ ਉਹਦੀ ਵੈਲਿਊ ਲੱਗਦੀ ਹੈ ਉਹਨੂੰ ਪਤਾ ਨਹੀਂ ਉਹ ਬੇਸੁਰਾ ਗਾਉਂਦਾ ਤਾਂ ਜਾਂ ਪਤਾ ਨਹੀਂ ਉਹ ਸੀ ਡੀ 'ਤੇ ਗਾਉਂਦਾ ਤਾਂ ਪਰ ਜਿਹੜੇ ਬੇਸੁਰਾ ਗਾਉਂਦੇ ਨੇ ਫੀਲਿੰਗਲੈਸ ਗਾਉਂਦੇ ਨੇ ਜਿਨ੍ਹਾਂ ਨੂੰ ਸੁਣ ਕੇ ਨਹੀਂ ਮਜ਼ਾ ਆ ਰਿਹਾ ਲਾਈਵ ਦੇ ਵਿੱਚ ਸਟੂਡੀਓ ਦੀ ਨਹੀਂ ਮੈਂ ਗੱਲ ਕਰ ਰਿਹਾ ਲਾਈਵ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਬੰਦਾ 15 ਮਿੰਟ ਵੀ ਕਿੱਦਾਂ ਸਹਿ ਲੂਗਾ ਉਸ ਬੰਦੇ ਨੂੰ ਵੈਸੇ ਕਹਿੰਦੇ ਕਲਾਕਾਰਾਂ ਦੀ ਬਣਦੀ ਘੱਟ ਹੁੰਦੀ ਆ ਫਸਟ ਉੱਤੇ ਫੇਸਬੁੱਕ ਇੰਸਟਾਗ੍ਰਾਮ 'ਤੇ ਤਾਂ ਬਹੁਤ ਲੱਗਦਾ ਬਹੁਤ ਪਿਆਰ ਹੈ ਜਦੋਂ ਗੁਰਨਾਮ ਭੁੱਲਰ ਦਾ ਗ੍ਰਾਫ ਥੋੜ੍ਹਾ ਉੱਪਰ ਹੋਇਆ ਲੋਕੀ ਵੀਡੀਓ ਬਣਾ ਰਹੇ ਗੁਰਨਾਮ ਕੈਮਰੇ ਕਿੰਨੀ ਤਾਂ ਦੇਖ ਕੈਮਰੇ ਕਿੰਨਾ ਮੈਂ ਸਨੈਪਾ ਦੇ ਮਤਲਬ ਜਦੋਂ ਵਧਿਆ ਤੁਸੀਂ ਤਾਂ ਵੀਡੀਓਜ਼ ਬਣਾਈਆਂ ਉਹਦੀਆਂ ਕਿਉਂਕਿ ਜੇ ਅੱਜ ਜੈਲਸ ਫੈਕਟਰ ਜੈਲਸ ਜੈਜੀ ਭਾਅ ਜੀ ਆਪਣਾ ਸੈੱਟ ਲਾ ਕੇ ਵੀ ਫੋਟੋਆਂ ਕਰਾ ਲੈਂਦਾ ਇਹ ਜੈਜੀ ਭਾਅ ਜੀ ਦੇ ਨੇਚਰ ਅਤੇ ਨਾਲ ਕੋਈ ਉਹਨਾਂ ਲੈ ਕੇ ਟੇਬਲ ਦੇ ਉੱਤੇ ਅਤੇ ਮਤਲਬ ਜਿਹਨਾਂ ਨੂੰ ਘਬਰਾਹਟ ਵੀ ਅੱਜ ਕੱਲ੍ਹ ਐਂ ਲੱਗਦਾ ਕਿ ਲੱਖ ਰੁਪਏ ਵਾਲਾ ਕੰਮ 10-10 ਲੱਖ ਰੁਪਏ ਚ ਪੂਰੇ ਮੇਰੇ ਨਾਲ ਤਾਂ ਹੋਇਆ ਜੀ ਜਿਹੜੀ ਚੀਜ਼ ਮੇਰੀ 2-3 ਲੱਖ ਦੀ ਬਣ ਜਾਣੀ ਚਾਹੀਦੀ ਸੀ ਉਹ 8-9 ਲੱਖ ਦੀ ਬਣੀ ਜਿੱਥੇ ਮੈਨੂੰ ਇਦਾਂ ਲੱਗਦਾ ਜਿੱਥੇ ਮੇਰੇ 2 ਗਾਣਿਆਂ ਦੇ ਪੈਸੇ ਲੱਗੇ ਉੱਥੇ ਉਹ 2 ਗਾਣਿਆਂ ਦੇ ਪੈਸੇ 5 ਤੇ ਵੀ ਲੱਗ ਸਕਦੇ ਸੀ ਅੱਜ ਕੱਲ੍ਹ 'ਮਿਊਜ਼ਿਕ ਇੰਡਸਟਰੀ ਦੇ ਉੱਤੇ ਗੈਂਗਸਟਰਵਾਦ ਦਾ ਬਹੁਤ ਸਾਇਆ ਹਾਂ ਮੈਨੂੰ ਵੀ ਆਏ ਨੇ ਫੋਨ ਹਾਂ ਮੈਨੂੰ ਵੀ ਆਏ ਨੇ ਕਹਿੰਦੇ ਨੇ ਰਿਐਲਿਟੀ ਚੈੱਕ ਦਿੰਦੇ ਨੇ ਵੀ ਅਸੀਂ ਹੈਗੇ ਹਾਂ ਭੁੱਲਿਓ ਨਾ ਵੀ ਗਾਣੇ ਕਰੋਗੇ ਤਾਂ ਧਿਆਨ ਨਾ ਕਰਿਓ ਗਾਣਿਆਂ 'ਚ ਕੋਈ ਇਹੋ ਜਿਹੀ ਚੀਜ਼ ਨਾ ਬੋਲੀਓ ਜਿਹਦੇ ਨਾਲ ਸਾਨੂੰ ਕੋਈ ਪ੍ਰੋਬਲਮ ਹੋਵੇ ਉਹਦੀ ਗਾਇਕੀ ਬਹੁਤ ਲੋਕਾਂ ਨੂੰ ਸ਼ਾਇਦ ਪਿੰਚ ਕਰਦੀ ਸੀ ਉਹਦੀ ਗਾਇਕੀ ਦੇ ਥਰੂ ਕਿਉਂਕਿ ਉਹਨੇ ਆਪਣੀ ਜ਼ਿੰਦਗੀ ਬਿਆਨ ਕੀਤੀ ਹੈ ਗਾਇਕੀ ਦੇ ਉਹਦੇ ਗਾਣੇ ਤੁਸੀਂ ਸੁਣੋਗੇ 50 ਗਾਣੇ ਉਹਦੇ ਆਏ ਹੋਣਗੇ ਜੇ 50 ਚ 40 ਗਾਣੇ ਉਹਦੀ ਜ਼ਿੰਦਗੀ ਨੂੰ ਡਿਪੈਕਟ ਕਰਨ ਵਾਲੇ ਨੇ ਕਿ ਮੈਂ ਮੇਰੀ ਲਾਈਫ 'ਚ ਆ ਹੋਇਆ ਸੁਣੋ ਲੋਕੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਜ਼ੀ ਨਹੀਂ ਸੀਗਾ ਅਸੀਂ ਉਹਦੇ ਘਰ ਦੇ ਬਾਹਰ ਨਾ ਬਹੁਤ ਵੇਟ ਕੀਤੀ ਹੈ ਭਾਅ ਜੀ ਉਹਦੇ ਘਰ ਦੇ ਬਾਹਰ ਖੜ ਕੇ ਗੱਡੀ 'ਚ ਬੈਠੇ ਸਿਰਫ ਦੇਖੀ ਜਾਣਾ ਉੱਪਰ ਵੀ ਹਾਂ ਯਾਰ ਕੋਈ ਬੰਦਾ ਘੁੰਮ ਰਿਹਾ ਤੇ ਹੈਗਾ ਪ੍ਰੀਤ ਹੁੰਦਲ ਹੀ ਤੇ ਸਾਨੂੰ ਕਹਿੰਦਾ ਸੀ ਮੈਂ ਬਾਹਰ ਹਾਂ ਪਰ ਹੁੰਦਾ ਆਪਣੇ ਕਮਰੇ ਸਟੂਡੀਓ 'ਚ ਹੁੰਦਾ ਸੀ ਗੀਤ ਕਹਿੰਦੇ ਸ਼ੇਅਰ ਕਰਾਉਣ ਨੂੰ ਲੈ ਕੇ ਵੀ ਸਿਆਸਤ ਆ ਇੰਡਸਟਰੀ ਦੇ ਵਿੱਚ ਫੋਨ ਵੀ ਆਇਆ ਤਾਂ ਮੈਨੂੰ ਸਿਰਫ ਨਿੰਜੇ ਦਾ ਆਇਆ ਫੋਨ ਆਇਆ ਤੇ ਹੁਣ ਮੈਨੂੰ ਸਿਰਫ ਫੋਨ ਕਰਕੇ ਹੀ ਗੱਲ ਬੋਲੀ ਕਹਿੰਦਾ ਕਿਉਂ ਦਿਲ ਸਿੱਟੀ ਬੈਠਾ ਕਾਦਰ ਥਿੰਦਰ ਨੂੰ ਡਰ ਤਾਂ ਨਹੀਂ ਲੱਗਦਾ ਕਿ ਕਿਤੋਂ ਇਧਰੋਂ ਉਧਰੋਂ ਕੋਈ ਗੋਲੀ ਚੱਲ ਜੇ ਕੋਈ ਕੋਈ ਉਹ ਆ ਜੇ ਥ੍ਰੈਟ ਆ ਜੇ ਕੋਈ ਇਦਾਂ ਤਾਂ ਨਹੀਂ ਹੈਗਾ ਬਲਕਿ ਆਪਣੇ ਭਰਾ ਨੂੰ ਵੀ ਕਹਿੰਦਾ ਸੀਗਾ ਜੀ ਮੈਂ ਕਿਹਾ ਯਾਰ ਬਾਂਸਰ ਨਾਲ ਲੈ ਕੇ ਜਾ ਕਰ ਮੈਨੂੰ ਸ਼ਰਮ ਆਉਂਦੀ ਅੱਛਾ ਵੀ ਮੈਨੂੰ ਇਦਾਂ ਲੱਗਦਾ ਲੋਕ ਕੀ ਸੋਚਦੇ ਹੋਣਗੇ ਲੋ ਵੱਡਾ ਸਿੰਗਰ ਬਾਂਸਰ ਚੱਕੀ ਫਿਰਦਾ ਲੈ ਕੇ ਜਾਂਦੇ ਹੋ ਬਾਂਸਰ ਲੈ ਜਾਈਦੇ ਆ ਮੇਲਿਆਂ ਤੇ ਹੋ ਜੇ ਤੂੰ ਹੁਸਣਾ ਦੀ ਰਾਣੀ ਕੱਟ ਮੈਨੂੰ ਵੀ ਨਾ ਜਾਣੀ ਜੋੜੀ ਤੇਰੇ ਨਾਲ ਬਣਾਉਣੀ ਮੈਂ ਵੀ ਇਹੋ ਬੈਠਾ ਠਾਣੀ ਉਂਝ ਆਖਦੇ ਨੇ ਪਰੀ ਪਰ ਆਕੜਾਂ ਦੀ ਭਰੀ ਕਹਿਣ ਤੇਰੇ ਡੰਗਿਆਂ ਨੂੰ ਰਾਹ ਨਹੀਂ ਲੱਭਦਾ ਆਹ ਗੱਭਰੂ ਵੀ ਐਲ ਜੀ ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨਹੀਂ ਕੋਈ ਛੱਡਦਾ ਕਿ ਏ ਪੀ ਢਿੱਲੋਂ ਵਰਗੇ ਸਿੰਗਰ ਦੀ ਆਪਾਂ ਗੱਲ ਕਰੀਏ ਕਿਉਂਕਿ ਆਟੋ ਟਿਊਨਰ ਸਟੇਜ ਦੇ ਉੱਤੇ ਵੀ ਇਸਤੇਮਾਲ ਹੁੰਦਾ ਇਹ ਮੈਨੂੰ ਉਹਦੇ ਸ਼ੋਆਂ ਤੋਂ ਪਤਾ ਲੱਗਿਆ ਸੀ ਸੱਚੀ ਔਨ ਕੈਮਰਾ ਸਿੱਧਾ ਕਿਸੇ ਬਾਰੇ ਕਹਿਣਾ ਨਹੀਂ ਬਟ ਸੱਚ ਗੱਲ ਹੈ ਦੇਖੋ ਸੱਚ ਗੱਲ ਹੈ ਤੇ ਝੂਠ ਵੀ ਕੁਝ ਨਹੀਂ ਹੈਗਾ ਸਟੂਡੀਓਜ਼ ਤਾਂ ਸਮਝ ਵੀ ਆਉਂਦਾ ਪਰ ਸਟੇਜ ਤੇ ਵੀ ਮਤਲਬ ਇੰਨੀ ਘਬਰਾਹਟ ਹੈ ਤੁਹਾਨੂੰ ਨਾਲ ਦੇ ਨਾਲ ਹੀ ਹੋਈ ਜਾਂਦਾ ਆਟੋ ਟਿਊਨ ਹਾਂਜੀ ਹਾਂਜੀ ਤੇ ਜਿਹਨੂੰ ਮੇਰੇ ਪੈਸੇ ਦੇਣੇ ਵੀ ਔਖੇ ਲੱਗਦੇ ਹੋਣਗੇ ਉਹ ਬੰਦਾ ਏ ਪੀ ਢਿੱਲੋਂ ਨੂੰ ਪੈਸੇ ਦੇ ਦੂਗਾ ਕਿਉਂਕਿ ਸ਼ਾਇਦ ਉਹਦੀ ਵੈਲਿਊ ਲੱਗਦੀ ਹੈ ਉਹਨੂੰ ਪਤਾ ਨਹੀਂ ਉਹ ਬੇਸੁਰਾ ਕਹਿੰਦਾ ਤਾਂ ਜਾਂ ਪਤਾ ਨਹੀਂ ਉਹ ਸੀ ਡੀ 'ਤੇ ਗਾਉਂਦਾ ਤਾਂ ਪਰ ਜਿਹੜੇ ਬੇਸੁਰਾ ਗਾਉਂਦੇ ਨੇ ਫੀਲਿੰਗਲੈਸ ਗਾਉਂਦੇ ਨੇ ਜਿਨ੍ਹਾਂ ਨੂੰ ਸੁਣ ਕੇ ਨਹੀਂ ਮਜ਼ਾ ਆ ਰਿਹਾ ਲਾਈਵ ਦੇ ਵਿੱਚ ਸਟੂਡੀਓ ਦੀ ਨਹੀਂ ਮੈਂ ਗੱਲ ਕਰ ਰਿਹਾ ਲਾਈਵ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਬੰਦਾ 15 ਮਿੰਟ ਵੀ ਕਿੱਦਾਂ ਸਹਿ ਲੂਗਾ ਉਸ ਬੰਦੇ ਨੂੰ ਵੈਸੇ ਕਹਿੰਦੇ ਕਲਾਕਾਰਾਂ ਦੀ ਬਣਦੀ ਘੱਟ ਹੁੰਦੀ ਆ ਫਸਟ ਉੱਤੇ ਫੇਸਬੁੱਕ ਇੰਸਟਾਗ੍ਰਾਮ 'ਤੇ ਤਾਂ ਬਹੁਤ ਲੱਗਦਾ ਬਹੁਤ ਪਿਆਰ ਹੈ ਜਦੋਂ ਗੁਰਨਾਮ ਭੁੱਲਰ ਦਾ ਗ੍ਰਾਫ ਥੋੜ੍ਹਾ ਉੱਪਰ ਹੋਇਆ ਲੋਕੀ ਵੀਡੀਓ ਬਣਾ ਰਹੇ ਗੁਰਨਾਮ ਕੈਮਰੇ ਕਿੰਨੀ ਤਾਂ ਦੇਖ ਕੈਮਰੇ ਕਿੰਨਾ ਮੈਂ ਸਨੈਪਾ ਦੇ ਮਤਲਬ ਜਦੋਂ ਵਧਿਆ ਤੁਸੀਂ ਤਾਂ ਵੀਡੀਓਜ਼ ਬਣਾਈਆਂ ਉਹਦੀਆਂ ਕਿਉਂਕਿ ਜੇ ਅੱਜ ਜੈਲਸ ਫੈਕਟਰ ਜੈਲਸ ਫੈਕਟਰ ਜੈਜੀ ਭਾਅ ਜੀ ਆਪਣਾ ਸੈੱਟ ਲਾ ਕੇ ਵੀ ਫੋਟੋਆਂ ਕਰਾ ਲੈਂਦਾ ਇਹ ਜੈਜੀ ਭਾਅ ਜੀ ਦੇ ਨੇਚਰ ਅਤੇ ਨਾਲ ਕੋਈ ਹੋਰ ਜਿੰਮ ਲਾ ਰਿਹਾ ਕੋਈ ਹੋਰ ਥਰਡ ਪਾਰਟੀ ਕਲਾਕਾਰ ਉਹ ਪਹਿਲਾਂ ਅਸਲਾ ਰੱਖਦਾ ਆਪਣਾ ਲਿਆ ਕੇ ਟੇਬਲ ਦੇ ਉੱਤੇ ਅਤੇ ਮਤਲਬ ਜਿਹਨਾਂ ਨੂੰ ਘਬਰਾਹਟ ਵੀ ਅੱਜ ਕੱਲ੍ਹ ਐਂ ਲੱਗਦਾ ਕਿ ਲੱਖ ਰੁਪਏ ਵਾਲਾ ਕੰਮ 10-10 ਲੱਖ ਰੁਪਏ ਚ ਪੂਰੇ ਮੇਰੇ ਨਾਲ ਤਾਂ ਹੋਇਆ ਜੀ ਜਿਹੜੀ ਚੀਜ਼ ਮੇਰੀ 2-3 ਲੱਖ ਦੀ ਬਣ ਜਾਣੀ ਚਾਹੀਦੀ ਸੀ ਉਹ 8-9 ਲੱਖ ਦੀ ਬਣੀ ਜਿੱਥੇ ਮੈਨੂੰ ਇਦਾਂ ਲੱਗਦਾ ਜਿੱਥੇ ਮੇਰੇ 2 ਗਾਣਿਆਂ ਦੇ ਪੈਸੇ ਲੱਗੇ ਉੱਥੇ ਉਹ 2 ਗਾਣਿਆਂ ਦੇ ਪੈਸੇ 5 ਤੇ ਵੀ ਲੱਗ ਸਕਦੇ ਸੀ ਅੱਜ ਕੱਲ੍ਹ ਮਿਊਜ਼ਿਕ ਇੰਡਸਟਰੀ ਦੇ ਉੱਤੇ ਗੈਂਗਸਟਰਵਾਦ ਦਾ ਬਹੁਤ ਸਾਇਆ ਹਾਂ ਮੈਨੂੰ ਵੀ ਆਏ ਨੇ ਫੋਨ ਹਾਂ ਮੈਨੂੰ ਵੀ ਆਏ ਨੇ ਕਹਿੰਦੇ ਨੇ ਰਿਐਲਿਟੀ ਚੈੱਕ ਦਿੰਦੇ ਨੇ ਵੀ ਅਸੀਂ ਹੈਗੇ ਹਾਂ ਭੁੱਲਿਓ ਨਾ ਵੀ ਗਾਣੇ ਕਰੋਗੇ ਤਾਂ ਧਿਆਨ ਨਾ ਕਰਿਓ ਗਾਣਿਆਂ 'ਚ ਕੋਈ ਇਹੋ ਜਿਹੀ ਚੀਜ਼ ਨਾ ਬੋਲੀਓ ਜਿਹਦੇ ਨਾਲ ਸਾਨੂੰ ਕੋਈ ਪ੍ਰੋਬਲਮ ਹੋਵੇ ਉਹਦੀ ਗਾਇਕੀ ਬਹੁਤ ਲੋਕਾਂ ਨੂੰ ਸ਼ਾਇਦ ਪਿੰਚ ਕਰਦੀ ਸੀ ਉਹਦੀ ਗਾਇਕੀ ਦੇ ਥਰੂ ਕਿਉਂਕਿ ਉਹਨੇ ਆਪਣੀ ਜ਼ਿੰਦਗੀ ਬਿਆਨ ਕੀਤੀ ਹੈ ਗਾਇਕੀ ਦੇ ਉਹਦੇ ਗਾਣੇ ਤੁਸੀਂ ਸੁਣੋਗੇ 50 ਗਾਣੇ ਉਹਦੇ ਆਏ ਹੋਣਗੇ ਜੇ 50 ਚ 40 ਗਾਣੇ ਉਹਦੀ ਜ਼ਿੰਦਗੀ ਨੂੰ ਡਿਪੈਕਟ ਕਰਨ ਵਾਲੇ ਨੇ ਕਿ ਮੈਂ ਮੇਰੀ ਲਾਈਫ 'ਚ ਆ ਹੋਇਆ ਸੁਣੋ ਲੋਕੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਜ਼ੀ ਨਹੀਂ ਸੀਗਾ ਅਸੀਂ ਉਹਦੇ ਘਰ ਦੇ ਬਾਹਰ ਨਾ ਬਹੁਤ ਵੇਟ ਕੀਤੀ ਹੈ ਭਾਅ ਜੀ
ਕਹਿੰਦਾ ਕਿਉਂ ਦਿਲ ਸਿੱਟੀ ਬੈਠਾ ਕਾਦਰ ਕਾਦਰ ਸਿੰਧ ਨੂੰ ਡਰ ਤਾਂ ਨਹੀਂ ਲੱਗਦਾ ਕਿ ਕਿਤੋਂ ਇਧਰੋਂ ਉਧਰੋਂ ਕੋਈ ਗੋਲੀ ਚੱਲ ਜੇ ਕੋਈ ਕੋਈ ਉਹ ਆ ਜੇ ਥ੍ਰੈਟ ਆ ਜੇ ਕੋਈ ਇਦਾਂ ਤਾਂ ਨਹੀਂ ਹੈਗਾ ਬਲਕਿ ਆਪਣੇ ਭਰਾ ਨੂੰ ਵੀ ਕਹਿੰਦਾ ਸੀਗਾ ਜੀ ਮੈਂ ਕਿਹਾ ਯਾਰ ਬਾਂਸਰ ਨਾਲ ਲੈ ਕੇ ਜਾ ਕਰ ਮੈਨੂੰ ਸ਼ਰਮ ਆਉਂਦੀ ਅੱਛਾ ਵੀ ਮੈਨੂੰ ਇਦਾਂ ਲੱਗਦਾ ਲੋਕ ਕੀ ਸੋਚਦੇ ਹੋਣਗੇ ਲੋ ਵੱਡਾ ਸਿੰਗਰ ਬਾਂਸਰ ਚ ਕੀ ਫਿਰਦਾ ਲੈ ਕੇ ਜਾਂਦੇ ਹੋ ਬਾਂਸਰ ਲੈ ਜਾਈਦੇ ਆ ਮੇਲਿਆਂ ਤੇ ਹੋ ਜੇ ਤੂੰ ਹੁਸਨਾ ਦੀ ਰਾਣੀ ਘੱਟ ਮੈਨੂੰ ਵੀ ਨਾ ਜਾਣੀ ਜੋੜੀ ਤੇਰੇ ਨਾਲ ਬਣਾਉਣੀ ਮੈਂ ਵੀ ਇਹੋ ਬੈਠਾ ਠਾਣੀ ਜੀ ਆਖਦੇ ਨੇ ਪਰੀ ਪਰ ਆਕੜਾਂ ਦੀ ਭਰੀ ਕਹਿਣ ਤੇਰੇ ਡੰਗਿਆਂ ਨੂੰ ਰਾਹ ਨਹੀਂ ਲੱਭਦਾ ਆਹ ਗੱਭਰੂ ਵੀ ਐਲ ਜੀ ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨਹੀਂ ਕੋਈ ਛੱਡਦਾ।